हाँ जी, की हाल नहीं सारा दे। अज असी चले हाँ इंदर नू लैन एयरपोर्ट तो, ते ओदी फ्लाइट मतलब है, असी इकट्ठी सीगे नाल दे शहर तो मुंडा खन्ने तो, ते ओदी फ्लाइट हैगी सी 21 तरीक दी, ते मेरी हैगी 16 तरीक दी, ते अज असी उहनू पिक करन चले हाँ। शाम दे वज रहे ने हुण 7:15, ते 7:51 ते मुंडे दी ट्रेन आनी है। उदों दा फोन आ चुकिया, वो कहिंदा मैं एयरपोर्ट तो ट्रेन फड़ ली सीगी, ते हुण आपां नूं एयरपोर्ट ते लैन नहीं जाना पएगा, आपां बस रेलवे स्टेशन ते ही जावांगे। आ सामने आपां इत्थों फड़ांगे पहला बस, ते बस तो बाद आपां जावांगे फिर स्टेशन। हुण आपां पहुंच चुके हां बर्लिन आउटबाउंड ऑफ, ये बर्लिन का सेंटर है। हुण आपां अंदर जाने हां ते मुंडे नूं लभदे हां। हुण आपां इत्थे पहुंच चुके हां, एंटर कर चुके हां। इत्थे 3 फ्लोर ने, एक नीचे है। सानूं पुछा पता करना पहला कि थां ते उहदी ट्रेन आ रही है, उहदा नंबर चैक करदे हां। ट्रेन दा उहने मैनूं भेजा सी, तां उह चैक कर। हुण आपां पता करिया सीगा इनफॉर्मेशन डेस्क तो, ते उत्थों उन्होंने दस्या भी 7 नंबर प्लेटफॉर्म ते ट्रेन आ रही है, ते उत्थे आपां जावांगे। हुण हुण आपां पहुंच चुके हां 7 नंबर प्लेटफॉर्म ते, इत्थे आएगी ट्रेन जो म्यूनिक तो आ रही है। ते पर म्यूनिक तो जो ट्रेन आएगी उत्थों जो अपना फ्रेंड उतरेगा। लग गया आपां नूं होर भी फिर वधिया वधिया, असीं अगे खड़े सीगे। होर बाकी व्लॉग भर रहे तुहाडा? कोई नहीं, बना लो। मेरा एक बंदा पहुंच गया हुण, आ बड़ा वड्डा बैच चक्का थोने दा। ओ पिया सीगा इह, मैं डैडी ने इहदे च पाता समान। अच्छा, एयरपोर्ट वाले ने ओ पुछा नहीं हैगा इन्ने वड्डे नूं? हां उपर ट्रेन चढ़ांगे आपां। पहला मैं तैयार हो गया सी उदो जो तुसी कहा भी आ रहे हैं, फिर मैं सारे कपड़े कपड़े जे वो तुसी दूजे पास नु चले गए सी परली साइड नु करते हो टेंशन बाकी कोई नहीं टेंशन। अच्छा, फोन बंद हो गया सी मेरा। अच्छा, फोन तो इतने बंद हो ही जाते हैं अपने आप ही, ट्रेन च ही देख चलते हैं बस माड़े मोटे। कई बार ट्रेन च भी नहीं चलता ड्राइवर। उतो ही रस्ता है यार, उधर ही चलते हैं पैदल ही चलो। ना लेके आया थी घर, मैं कब बनाया करांगे ब्लॉग। पहला तो बना लिए जो कट्ठे होंगे ना।
ਆ ਚੈਨਲ ਆ ਹਾਂਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਕੋਲਸਟ੍ਰੋਫ ਇੱਥੋਂ ਦੀ 500 ਮੀਟਰ ਦੀ ਦੂਰੀ 'ਤੇ ਆਪਾਂ ਜਾਣਾ ਉਸ ਤੋਂ ਬਾਅਦ ਅੱਗੇ ਮੁੰਡੇ ਦਾ ਘਰ ਆ ਜਾਏਗਾ ਉੱਥੇ ਆਪਾਂ ਮੁੰਡੇ ਨੂੰ ਡਰੋਪ ਕਰਕੇ ਫਿਰ ਵਾਪਸ ਚੱਲ ਪਾਂਗੇ ਮੈਨੇ ਵੀ ਮੇਰਾ ਵੀ ਵੇਟ ਵੱਧ ਸੀ ਨਾ ਮੈਂ ਇੱਕ ਇੱਧਰੋਂ ਇੱਕ ਹੱਥ ਫੜਿਆ ਇੱਕ ਇੱਧਰੋਂ ਫੜਿਆ ਪੌੜੀਆਂ ਚੜਿਆ ਕਰ ਤੁਹਾਡੀ ਵਾਰ 'ਚ ਲਿਫਟ ਕਰ ਰਹੀ ਸੀ ਨਾ ਮੇਰੀ ਵਾਰ 'ਚ ਲਿਫਟ ਨਹੀਂ ਚੱਲੀ ਸੀ ਸਾਡੀ ਵਾਰ 'ਚ ਅੱਛਾ ਇੱਧਰ ਹੈਗੀ ਪੌੜੀਆਂ ਇਹ ਕਿਉਂਕਿ ਨਾ ਬਾਹਰਲਾ ਇਲਾਕਾ ਆ ਗਿਆ ਥੋੜ੍ਹਾ ਅੱਛਾ ਹਾਂ ਇਹ ਲੰਬੀ ਜਗ੍ਹਾ ਆ ਗਈ ਨਾ ਚੱਲ ਲੈ ਵੀ ਹੁਣ ਇਹਨੂੰ ਰੱਖੀਏ ਪਹਿਲਾਂ ਦੋ ਲੈ ਹੁਣ ਚੱਕਣਾ ਔਖਾ ਹੋ ਗਿਆ ਨਾ ਸਹੀ ਗੱਲ ਆ ਉਹਦੇ ਉੱਪਰ ਰੱਖੀਏ ਅਤੇ ਬੈਠ ਤਾਂ ਨਵੇਂ ਲਿਆ ਕੇ ਫਾਇਦਾ ਇੱਥੇ ਚੱਲ ਹੁਣ ਤਾਂ ਰੱਖ ਹੀ ਲੈਣੇ ਨੇ ਹੁਣ ਤਾਂ ਪਹੁੰਚ ਗਿਆ ਹੁਣ ਤਾਂ ਪਹੁੰਚ ਗਿਆ ਚਲੋ 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 ਆ ਜਾਓ ਐ ਠੀਕ ਆ ਨਾ ਕੰਮ ਸੌਖਾ ਨਾਲੇ ਚੱਲ ਵਧੀਆ ਗੱਲ ਆ ਦੂਜੇ ਪਾਸੇ ਜਾਣਾ ਪੈਣਾ ਆਪਾਂ ਨੂੰ ਹਾਂ ਸਹੀ ਗੱਲ ਆ ਸਹੀ ਗੱਲ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਦੁਬਾਰਾ ਨੱਚੇ ਲੈ ਪਹਿਲਾਂ ਮੈਂ ਨੀਚੇ ਰੱਖ ਆਇਆ ਇੱਕ ਪਹਿਲਾਂ ਮੈਂ ਸਿਰੇ ਤੱਕ ਰੱਖਿਆ ਆ ਬਾਅਦ ਦੇ ਵਿੱਚ ਵਾਪਸ ਆਵਾਂਗੇ
ਜਾਓ ਖੜ ਜਾਓ ਇਹਦੇ ਵੀ ਟਾਇਰ ਨਾਲ ਉੱਠ ਜਾਣਾ ਆਰਾਮ ਨਾਲ ਇਹਨੂੰ ਤਾਂ ਚੱਕ ਹੀ ਲਓ ਇਹਦੇ ਸਾਰੇ ਚੱਲਣਾ ਆਪਾਂ ਹੁਣ ਅਸੀਂ ਹੈਂਡਲ ਹੈ ਨੀ ਇਹਦਾ ਵੀ ਚੱਲ ਹਾਂ ਇਹ ਚੀਜ਼ ਨੋਟ ਨਹੀਂ ਕਰੀ ਜਿੰਨੇ ਵੀ ਟ੍ਰੇਨ ਵਾਲੇ ਨੇ ਦੇਖਿਆ ਕੋਈ ਬੁੜਾ ਬੁੜਾ ਔਰ ਜਵਾਨ ਬੰਦਾ ਹੈਗਾ ਕੋਈ ਇਨਕੇ ਜੋ ਜਵਾਨ ਹੈ ਵੋ ਪੜ੍ਹਤੇ ਨਹੀਂ ਹੈ ਵੋ ਬੇਰੋਜ਼ਗਾਰ ਦਿੱਤਾ ਪੈਣਾ ਕਿੰਨੇ ਵਜੇ ਲੈਣਾ ਇਸ ਤੋਂ ਦੋ ਵਜੇ ਇਹ ਦੋ ਵਜੇ ਲੈਣਾ ਇਸ ਦਿਨ ਤਾਂ ਦੋ ਵਜੇ ਤੇ ਦੋ ਵਜੇ ਕੋਈ ਯਾਰ ਨਹੀਂ ਦੋ ਵਜੇ ਮੈਂ ਘਰੇ ਪਹੁੰਚੇ ਸੀ ਢਾਈ ਵਜੇ ਮਤਲਬ ਉਹੀ 12:30 ਵਜੇ ਲੈਣਾ ਸੀ ਚਲੋ ਬਾਈ ਆ ਜਾਓ ਮੈਂ ਪਹਿਲਾਂ ਤਾਂ ਹੈਗਾ ਹੁਣ ਆਪਾਂ ਹੀ ਸੇਵਾ ਦਾ ਠੇਕਾ ਲਿਆ ਹੋਇਆ ਬਸ ਜਿਹੜਾ ਹੁੰਦਾ ਉਸ ਨੂੰ ਲੈ ਕੇ ਆਇਆ ਕਰਨਾ ਬਸ ਚਲੋ ਧੱਕਾ ਹੁਣ ਵਿਹਲੇ ਹੁਣ ਕਰੀਏ ਕੀ ਹੁਣ ਇਹੀ ਕੰਮ ਕਰਨਾ ਬਸ ਪਹਿਲੇ ਦਿਨ ਅਸੀਂ ਵੀ ਦੇਖੀਏ ਕਿਹੜੀ ਸਾਈਡ ਤੇ ਟ੍ਰੇਨ ਆਣੀ ਹੈ ਕਿਹੜੀ ਸਾਈਡ ਤੇ ਨਹੀਂ ਆਣੀ ਨਿਸ਼ਚੇ ਕਰੂਗਾ ਰੱਖਾਂ ਨੂੰ ਲੈ ਵੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਮੇਨ ਲੋਕੇਸ਼ਨ 'ਤੇ ਬਹੁਤ ਭਗਾਈ ਕਰੀ ਗਿਆ ਬੈਗ ਚੱਕ ਚੱਕ ਕੇ ਭਾਰੀ ਭਾਰੀ ਓਕੇ ਇਹਨੇ ਸਾਈਡ 'ਤੇ ਲਾ ਲਓ ਇਹਨੇ ਓਕੇ ਸਾਈਡ ਉੱਧਰ ਨੂੰ ਆਇਆ ਉਹ ਕਿਰਾਏਦਾਰ ਦੇ ਲੁੱਕ ਕੇ ਮਰਨਾ ਨਾ ਲੈ ਵੀ ਥੱਕ ਗਏ ਕਿਸੇ ਅੱਛਾ ਉਹ ਇੱਥੇ ਕਿਰਾਏਦਾਰ ਦਾ ਚੱਕਰ ਪੈਂਦਾ ਨਾ ਸਾਰਾ ਪਤਾ ਕੀ ਹਾਈ ਫਾਈ ਘਰ ਨੇ ਸਾਰੇ ਹਾਈ ਫਾਈ ਘਰ ਨੇ ਅਗਲੇ ਨਾ ਮਤਲਬ ਜਿਵੇਂ ਆਪਾਂ ਦੋ ਨੰਬਰ ਤੋਂ ਆਪਾਂ ਰਹਿਣ ਦਿੰਦੇ ਮੁੰਡੇ ਮੁੰਡੇ ਇਕੱਠੇ ਕਰ ਕਰਕੇ ਉਵੇਂ ਨਹੀਂ ਰਹਿਣ ਦਿੰਦੇ ਉਰੇ ਇੱਥੇ ਤੈਨੂੰ ਕੋਈ ਇੰਡੀਅਨ ਨਹੀਂ ਮਿਲਣਾ ਦੂਰ ਦੂਰ ਤੱਕ ਇੱਥੇ ਆਹੀ ਇੰਡੀਅਨ ਮਿਲ ਉਹਦੇ ਪਿੱਤੇ ਜਿਹੜੇ ਹੈਗੇ ਨੇ ਜਿਹੜਾ ਆਪਣੇ ਤੱਕ ਉੱਥੇ ਮਿਲ ਜਾਣਗੇ ਸ਼ਹਿਰ 'ਚ ਉਹੀ ਚੱਕਰ ਹਾਂਜੀ ਅਸੀਂ ਹੁਣ ਮੁੰਡੇ ਨੂੰ ਛੱਡ ਕੇ ਦੁਬਾਰਾ ਸਟੇਸ਼ਨ ਦੇ ਉੱਤੇ ਆ ਚੁੱਕੇ ਹਾਂ ਇੱਥੋਂ ਦੀ ਆਪਾਂ ਦੁਬਾਰਾ ਤੋਂ ਐਸ ਬਣ ਫੜਾਂਗੇ ਐਸ ਬਣ ਫੜ ਕੇ ਦੁਬਾਰਾ ਤੋਂ ਆਪਾਂ ਘਰ ਚੱਲਾਂਗੇ ਅਤੇ ਹੁਣ ਰਾਤ ਦੇ ਵੱਜ ਚੁੱਕੇ ਨੇ 10:30 ਅਤੇ ਇੱਥੋਂ ਦੀ ਆਪਣਾ ਹੈਗਾ 1.5 ਘੰਟੇ ਦਾ ਰਸਤਾ ਅਤੇ ਸਮਝ ਲਓ ਅਪਰੋਕਸੀਮੇਟਲੀ ਆਪਣਾ 12 ਵਜੇ ਤੱਕ ਆਪਾਂ ਘਰ ਪਹੁੰਚਾਂਗੇ ਅਤੇ ਅੱਜ ਦਾ ਵਲੋਗ ਆਪਾਂ ਇੱਥੇ ਖਤਮ ਕਰਦੇ ਹਾਂ।